जिहड़ा सही देख चीकू आ इहदा तुसीं हुण कलर देखोगे। आ आ देख देखो ये सकते हो भी जी, ज्यादा इन्ना फल लगता जिन्ना इहदी, इह हुण 10 साल दा बूटा है ये हुण 10 साल दा हो गया। ते जिवें इह मान लो इह अगले 10 सालां नूं इह बहुत ज्यादा फैल जूगा ते लगदा हजे इहदी नेरगां दी इन्नी मार पई आ ਵੀ ਮੰਨ ਲਓ ਇਹ ਛੋਟੇ ਜਿਹੇ ਬੂਟੇ ਨੂੰ ਕੁਆਂਟਲਾਂ ਚ ਫਲ ਲੱਗਦਾ। ਕਿਹੜੀ ਚੀਕੂ ਦੀ ਵੈਰਾਈਟੀ ਆ, ਕਿਹੜੀ ਵੈਰਾਈਟੀ ਆ ਜੀ? ਇਹਨੂੰ ਕਰੈਕਟ ਬਾਲ ਚੀਕੂ ਕਹਿੰਦੇ ਆ ਜੀ। ਇਹ ਸਾਈਜ਼ ਦਾ ਬਹੁਤ ਵੱਡਾ ਹੁੰਦਾ ਤੇ ਗੋਲ ਹੁੰਦਾ ਹੈ ਤੇ ਜਿੱਥੋਂ ਤਾਈਂ ਹੈਗਾ ਵੈਰਾਈਟੀਆਂ ਲਾਉਣ ਦਾ ਸੰਬੰਧ, ਕਾਲੀ ਪੱਤੀ ਇੱਕ ਚੀਕੂ ਆ ਵੈਰਾਈਟੀ, ਉਹ ਵੀ ਬਹੁਤ ਵਧੀਆ ਚੀਕੂ ਆ, ਮਿੱਠਾ ਤੇ ਉਹਨੂੰ ਵੀ ਫਲ ਬਹੁਤ ਲੱਗਦਾ ਹੈ। ਇਹਨੂੰ ਵੀ ਤੁਸੀਂ ਦੇਖਿਆ ਵੀ ਫਲ ਬਹੁਤ ਲੱਗਦਾ ਹੈ ਤੇ ਮੇਰੀ ਸਲਾਹ ਇਹੀ ਆ ਜਿਨ੍ਹਾਂ ਬੰਦਿਆਂ ਨੇ ਲਾਉਣਾ ਹੈਗਾ ਵੀ ਕਾਲੀ ਪੱਤੀ ਜਾਂ ਕਰੈਕਟ ਬਾਲ, ਇਹਨਾਂ ਦੋਨਾਂ ਨਸਲਾਂ ਦੇ ਚੀਕੂ ਲਾਓ ਤੇ ਦੋਨੇ ਹੀ ਬਹੁਤ ਵਧੀਆ ਹੈ। ਇਹ ਕਰੈਕਟ ਬਾਲ ਆ, ਇਹਦਾ ਸਾਈਜ਼ ਬਹੁਤ ਜ਼ਿਆਦਾ ਹੁੰਦਾ, ਕਾਲੀ ਪੱਤੀ ਦਾ ਸਾਈਜ਼ ਥੋੜਾ ਜਿਹਾ ਘੱਟ ਆ ਪਰ ਲੱਗਦਾ ਫਲ ਉਹਨੂੰ ਵੀ ਬਹੁਤ ਆ। ਠੀਕ ਆ, ਇਹ ਕਰੈਕਟ ਬਾਲ ਜਿਹੜਾ ਇਹ ਚੀਕੂ ਦੀ ਵੈਰਾਈਟੀ ਹੈ, ਜੇ ਆਪਾਂ ਇਹ ਬੂਟਾ ਲੈਣਾ ਹੋਵੇ ਇਹ ਆਪਾਂ ਨੂੰ ਕਿੱਥੋਂ ਮਿਲ ਸਕਦਾ ਇਹ ਬੂਟਾ ਸਹੀ? ਬੂਟੇ ਤਾਂ ਜੀ ਖੇਤੀਬਾੜੀ ਯੂਨੀਵਰਸਿਟੀ ਤੋਂ, ਜਿਹੜੇ ਅਸਲ ਬੂਟੇ ਸਹੀ ਆ ਉਹ ਤਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਤੋਂ ਮਿਲਦੇ ਜਾਂ ਖੇਤੀਬਾੜੀ ਯੂਨੀਵਰਸਿਟੀ ਦੇ ਸੈਂਟਰਾਂ ਤੋਂ ਮਿਲ ਜਾਂਦੇ ਆ, ਪਰ ਅੱਜ ਕੱਲ ਪ੍ਰਾਈਵੇਟ ਨਰਸਰੀਆਂ ਵਾਲੇ ਵੀ ਚੰਗੇ ਬੂਟੇ ਲਿਆਉਣ ਲੱਗ ਗਏ, ਉਹਨਾਂ ਤੋਂ ਤਸੱਲੀ ਬਖਸ਼ ਵੀ ਕਰੈਕਟ ਬਾਲ ਹੀ ਆ ਜਾਂ ਕਾਲੀ ਪੱਤੀ ਆ, ਉਹ ਪੁੱਛ ਕੇ ਪੂਰਾ ਤਸੱਲੀ ਨਾਲ ਲਿਆ ਜਾਵੇ, ਕਈ ਵਾਰੀ ਹੋਰ ਦੇ ਦਿੰਦੇ ਆ। ਤੇ ਇਹਦੀ ਕੋਈ ਪਛਾਣ ਜਿਵੇਂ ਕਰੈਕਟ ਬਾਲ ਦੀ ਆ ਜਾਂ ਕਾਲੀ ਪੱਤੀ ਇਹ ਦਾ? ਤਾਂ ਫਲ ਤੋਂ ਹੀ ਪਤਾ ਲੱਗਦਾ ਜੀ ਵੀ ਗੋਲ ਹੁੰਦਾ ਹੈ ਫਲ ਇਹਦਾ, ਬਾਕੀ ਤਾਂ ਪੱਤੇ ਤਾਂ ਲਗਭਗ ਸਾਰਿਆਂ ਦੇ ਇੱਕੋ ਜਿਹੇ ਹੀ ਆ। ਠੀਕ ਹੈ, ਤੇ ਇਹ ਫਰੂਟ ਤੁਸੀਂ ਮਤਲਬ ਕਿ ਜਿਹੜਾ ਲੱਗਾ ਹੋਇਆ ਕੋਈ ਤੋੜਿਆ ਹਜੇ ਤਾਈਂ? ਹਾਂ ਫਲ ਥੋੜਾ ਬਹੁਤਾ ਜਿਹੜਾ ਹੈਗਾ ਹੀ ਨੇਰੀਆਂ ਨੇ ਝਾੜਤਾ ਜਾਨਵਰਾਂ ਨੇ ਜਾਂ ਥੋੜਾ ਬਹੁਤਾ ਹੁਣ ਤੋੜਨਾ ਸ਼ੁਰੂ ਕੀਤਾ ਹੈਗਾ ਜੇ 2-4 ਦਿਨਾਂ 'ਚ ਹੀ ਆਪਾਂ। ਆ ਦੇਖੋ ਦੋਸਤੋ ਥੱਲੇ ਵੀ ਆਹ ਇਹ ਕੱਚਾ ਹੀ ਡਿੱਗ ਪਿਆ। ਇਹ ਨਾ ਜੀ ਕਾਟੋ ਇਹਨੂੰ ਬਹੁਤ ਜ਼ਿਆਦਾ ਪੈਂਦੀ, ਕਾਟੋ ਤੋੜਦੀ ਆ ਫਿਰ ਇਹਨੂੰ ਜਿਹੜਾ ਹੈਗਾ ਤੋਤਾ ਬਹੁਤ ਜ਼ਿਆਦਾ ਨੁਕਸਾਨ ਕਰਦਾ, ਇਹਦੇ ਤੇ ਨੈੱਟ ਲਾਉਣਾ ਪੈਂਦਾ ਤੇ ਥੱਲੋਂ ਕੋਈ ਥੱਲੇ ਕੋਈ ਕਾਟੋ ਤੋਂ ਮਤਲਬ ਕੋਈ ਦਵਾਈ ਰੱਖ ਦਿਓ ਜਾਂ ਮੁਸ਼ਕ ਨਾਲ ਜਿਹਦੇ ਨਾਲ ਉਹ ਆਵੇ ਨਾ ਫਿਰ ਠੀਕ ਰਹਿੰਦਾ। ਤੇ ਇਹ ਇੱਕੋ ਹੀ ਵੈਰਾਈਟੀ ਆ ਆਪਣੇ ਕੋਲੇ ਕਿ ਹੋਰ? ਆਪਣੇ ਕੋਲੇ ਜਿਹੜੇ ਹੈਗੇ ਫਲ ਲੱਗਦਾ ਜਿਹੜੇ ਬੂਟਿਆਂ ਨੂੰ ਉਹ ਇਹੀ ਆ ਕਰੈਕਟ ਬਾਲ, ਕਾਲੀ ਪੱਤੀ ਅਜੇ ਹੁਣ ਲਾਏ ਆ ਉਹ 2 ਸਾਲ ਨੂੰ ਫਲ ਦੇਣਗੇ, ਅਜੇ 2 ਸਾਲ ਦੇ ਬੂਟੇ ਆ। ਤਾਂ ਦੋਸਤੋ ਆਪਾਂ ਕੋਸ਼ਿਸ਼ ਕਰਦੇ ਆ ਕੋਈ ਪੀਸ ਵਿੱਚੋਂ ਕਿਰਿਆ ਲੱਭ ਗਿਆ ਨਾ ਤੋੜ ਦੇ ਤੋੜ ਲਓ ਵਗੈਰਾ ਕਰਕੇ ਵਿਖਾਉਨੇ ਆ। ਤਾਂ ਆਪਾਂ ਨੂੰ ਆਹ ਤਕਰੀਬਨ 2 ਪੀਸ ਲੱਭ ਗਏ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਟੇਸਟ ਕਰਕੇ। ਇਹਦੀ ਛਿੱਲ ਲਾਉਣ ਦੀ ਲੋੜ ਆ ਤੁਹਾਡੀ ਇੱਛਾ ਜੇ ਲਾਉਣੀ ਤਾਂ ਛਿੱਲ ਦੇ ਸਮੇਤ ਵੀ ਖਾ ਸਕਦੇ? ਮੈਂ ਇੱਕ ਚੀਰਿਆ ਹੈਗਾ ਛਿੱਲ ਤੋਂ ਬਿਨਾਂ ਚੀਰਿਆ ਹੁਣੇ, ਠੀਕ ਆ ਤੁਸੀਂ ਜੇ ਛਿੱਲ ਕੇ ਰੱਖਿਆ ਮੈਂ ਆਹ, ਤੁਸੀਂ ਜੇ ਛਿੱਲ ਲਾ ਕੇ ਚੀਰਨਾ ਛਿੱਲ ਲਾ ਕੇ ਚੀਰ ਲਓ, ਮੇਰੇ ਕੋਲੇ ਚਾਕੂ ਆ। ਜੇ ਤੁਸੀਂ ਮਤਲਬ ਐਂ ਐਂ ਵੀ ਆਪਾਂ ਦਿਖਾ ਦਿੰਦੇ ਆ ਦੋਸਤੋ, ਬਹੁਤ ਮਿੱਠਾ ਬਹੁਤ ਹੀ ਟੇਸਟੀ ਆ। ਵਿਚਾਲੇ ਕੱਟ ਕੇ ਦਿਖਾਓ ਆਪਾਂ ਨੂੰ ਕਟਿੰਗ ਵਗੈਰਾ ਕਰਕੇ, ਜਿਹੜਾ ਸਹੀ ਚੀਕੂ ਆ ਇਹਦਾ ਤੁਸੀਂ ਹੁਣ ਕਲਰ ਦੇਖੋਗੇ। ਆ ਦੇਖ ਸਕਦੇ ਇਹ ਵੀ ਜ਼ਿਆਦਾ ਪੱਕ ਗਿਆ, ਇਹ ਇਹਦਾ ਕਲਰ ਆ ਦੇਖੋ, ਆ ਜਿਹੜਾ ਵਾਈਟਨੈਸ ਚ ਹੁੰਦਾ ਕਲਰ, ਜਿਹੜਾ ਬਿਨਾਂ ਮਸਾਲੇ ਤੋਂ ਹੋਵੇ ਉਹਦੇ ਚ ਵਾਈਟ ਆਫ ਵਾਈਟ ਹੁੰਦਾ, ਜ਼ਿਆਦਾ ਗੂੜੇ ਰੰਗ ਦਾ ਨਹੀਂ ਹੁੰਦਾ। ਜਦੋਂ ਇਹਨੂੰ ਮਸਾਲਾ ਲਾ ਦਿੰਦੇ ਹੋ ਕਾਲੋਂ ਜੀ ਚ ਹੁੰਦਾ ਹੈਗਾ ਰੰਗ ਉਹਦਾ ਜੀ, ਇਹਨੂੰ ਆਪਾਂ ਮਤਲਬ ਕਿ ਜਦੋਂ ਜ਼ਿਆਦਾ ਪੱਕ ਜਾਂਦਾ ਉਦੋਂ ਵੀ ਇਸ ਤਰ੍ਹਾਂ ਹੋ ਜਾਂਦਾ? ਹਾਂਜੀ ਹਾਂਜੀ, ਜ਼ਿਆਦਾ ਪੱਕਿਆ ਹੋਇਆ ਪੂਰਾ ਹੁਣੇ ਰਸਿਆ ਹੋਇਆ, ਤੇ ਤੁਸੀਂ ਖਾ ਕੇ ਦੇਖੋ ਟੇਸਟ ਦੱਸੋ ਇਹਦਾ। ਬਹੁਤ ਟੇਸਟ ਆ ਦੋਸਤੋ, ਪੂਰਾ ਮਿੱਠਾ ਡਿਲੀਸ਼ੀਅਸ ਆ ਨਾ, ਪੂਰਾ ਪਤਾ ਲੱਗਦਾ ਵੀ ਪੌਦੇ ਦੇ ਉੱਤੇ ਪੱਕਿਆ ਕਿੰਨਾ ਡਿਲੀਸ਼ੀਅਸ ਹੁੰਦਾ, ਬਹੁਤ ਟੇਸਟੀ ਆ। ਤਾਂ ਇਹ ਆਪਾਂ ਜਿਹੜੇ ਬੂਟੇ ਕਿਹੜੀ ਰੁੱਤ 'ਚ ਆਪਾਂ ਲਾ ਸਕਦੇ ਹਾਂ? ਇਹ ਬੂਟੇ ਲਾਉਣ ਦੀ 2 ਰੁੱਤਾਂ ਜੀ, ਇੱਕ ਤਾਂ ਹੁਣ ਸਾਉਣ ਦੇ ਮਹੀਨੇ ਦੇ ਵਿੱਚ ਲਾਏ ਜਾ ਸਕਦੇ ਆ, ਦੂਜਾ ਇਹ ਫਰਵਰੀ 'ਚ ਲਾਏ ਜਾ ਸਕਦੇ ਆ। ਠੀਕ ਆ, ਜੇ ਤੁਸੀਂ ਫਰਵਰੀ 'ਚ ਲਾਉਣੇ ਉਹਦੇ 'ਚ ਇਹ ਆ ਵੀ ਜਦੋਂ ਤੁਸੀਂ ਫਰਵਰੀ 'ਚ ਲਾਓਗੇ ਉਦੋਂ 'ਚ ਉਹਨੂੰ ਇੱਕ ਜਿਹੜੀ ਹੈਗੀ ਆ ਫਰਵਰੀ 'ਚ ਮਤਲਬ ਊਰਜਾ ਮਿਲ ਜਾਂਦੀ ਆ ਠੰਡੇ ਮੌਸਮ ਦੀ, ਦੂਜੀ ਸੌਣ 'ਚ ਮਿਲ ਜਾਂਦੀ ਆ ਉਹਨੂੰ, 2 ਅਪਲਿਫਟਮੈਂਟਸ ਮਿਲ ਜਾਂਦੀਆਂ ਹੈਗੀਆਂ ਜਿਹਦੇ 'ਚੋਂ ਜ਼ਿਆਦਾ ਕਾਮਯਾਬ ਹੁੰਦੇ ਆ ਅਤੇ ਸਰਦੀ ਦੀ ਮਾਰ ਝੱਲਣ ਜੋਗੇ ਹੋ ਜਾਂਦੇ ਆ। ਜਿਵੇਂ ਹੁਣ ਤੁਸੀਂ ਸੌਣ 'ਚ ਲਾਉਣਾ ਉਹਦੀ ਸੇਵਾ ਚੰਗੀ ਕਰੋ ਤਾਂ ਕਿ ਉਹ ਸਰਦੀ ਤੋਂ ਪਹਿਲਾਂ ਪੂਰਾ ਤਕੜਾ ਹੋ ਜਾਵੇ ਬੂਟਾ। ਠੀਕ ਆ, ਅਤੇ ਇਹਦੇ ਵਿੱਚ ਜਿਵੇਂ ਆਪਾਂ ਜ਼ਿਆਦਾ ਪੱਕ ਜੇ ਤਾਂ ਸੁੰਡ ਵਗੈਰਾ ਤਾਂ ਨਹੀਂ ਵਿੱਚ ਪੈਂਦਾ? ਨਹੀਂ, ਇਹਦੇ 'ਚ ਸੁੰਡ ਨਹੀਂ ਪੈਂਦਾ ਜੀ, ਬਾਕੀ ਨਾ ਪ੍ਰਾਈਵੇਟ ਥਾਵਾਂ ਤੋਂ ਵੀ ਮਿਲਦਾ ਤੇ ਆਪਣੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ, ਉਹ ਬੋਤਲਾਂ ਜਿਹੀਆਂ ਆਉਂਦੀਆਂ ਉਹਦੇ ਵਿੱਚ ਇੱਕ ਟਿੱਕੀ ਜੀ ਹੁੰਦੀ ਹੈਗੀ ਆ, ਉਹ ਮੱਖੀ ਭਜਾਊ ਹੁੰਦੀਆਂ ਜੰਤਰ ਜਾਂ ਮੱਖਰ ਮੱਛੀ ਮੱਖਰ ਇਹ ਭਜਾ ਦਿੰਦੇ ਹੈਗੇ ਆ ਉਹ, ਤੇ ਇੱਕ ਜਿਹੜੀ ਆ ਆਪਣੀ ਫਰੂਟ ਫਲਾਈ ਪੈਂਦੀ ਆ ਉਹਦੇ ਨਾਲ ਮਰ ਜਾਂਦੀ ਆ।
ਜਿਹੜੀ ਉਹ ਮੱਖੀ ਦੇ ਡੰਗ ਮਾਰੂਗੀ ਤਾਂ ਫੇਰ ਹੀ ਇਹ ਮਤਲਬ ਫਰੂਟ ਫਲਾਈ ਟ੍ਰੈਪ ਲਾ ਦਿਓ, ਉਹਦੇ ਨਾਲ ਸੁੰਡ ਨਹੀਂ ਪੈਂਦਾ। ਬਾਕੀ ਮਾੜੀ ਮੋਟੀ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ ਜਾਂ ਕੋਈ ਜਿਹੜੀ ਹੈਗੀ ਥੋੜੀ ਬਹੁਤੀ ਹਲਕੀ ਕੀਟਨਾਸ਼ਕ ਕਰ ਦਿਓ। ਜਦੋਂ ਇਹਦਾ ਹਾਫ ਮੈਚਿਓਰ ਜਿਹਾ ਫਰੂਟ ਹੁੰਦਾ ਤੇ ਉਹਦੇ ਨਾਲ ਫੇਰ ਇਹਨੂੰ ਸੁੰਡੀ ਨਹੀਂ ਪੈਂਦੀ। ਤੇ ਹੋਰ ਇਹਦੀ ਆਪਣੀ ਜਿਹੜੀ ਸਮਾਂਭ ਸੰਭਾਲ ਆ, ਜੇ ਕੋਈ ਖੁਰਾਕ ਕੀ ਇਹਨੂੰ ਆਪਾਂ ਖੁਰਾਕ ਇਹਨੂੰ ਬਸ ਪਾਣੀ ਜਿੰਨਾ ਕਾਮ ਬੂਟੇ ਨੂੰ ਲੱਗਦਾ ਓਨਾ ਕੁ ਪਾਣੀ ਲੱਗਦਾ। ਰੂੜੀ ਦੀ ਖਾਦ ਪਾਉਣੀ ਹੈ ਜੀ। ਜਦੋਂ ਇਹਨੂੰ ਫਲ ਲੱਗਣਾ ਹੈਗਾ, ਫਲ ਲੱਗਣ ਤੋਂ ਮਹੀਨਾ ਪਹਿਲਾਂ ਤੇ ਮਹੀਨਾ ਬਾਅਦ ਜਾਂ ਸਾਲ ਚ ਲਾ ਲਓ ਵੀ 3 ਕੁ ਵਾਰੀ ਇਹਨੂੰ ਖਲ ਦਾ ਘੋਲ ਬਣਾ ਕੇ 2 ਕਿਲੋ ਖਲ ਲੈ ਕੇ ਉਹਨੂੰ 5 ਲੀਟਰ ਪਾਣੀ ਦੇ ਵਿੱਚ ਡੁਬੋ ਦੇਣਾ ਹੈ। 1 ਹਫ਼ਤਾ ਉਹਨੂੰ ਡੁੱਬੀ ਰਹਿਣ ਦੇਣਾ, ਹਰ ਰੋਜ਼ 5-5 ਮਿੰਟ ਉਹਨੂੰ ਮਤਲਬ ਹਿਲਾਉਣਾ ਹੈਗਾ। ਉਦੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਇਹਦੇ ਤੋਂ ਬੂਟੇ ਤੋਂ 2-2 ਫੁੱਟ ਦੂਰ ਗੋਡੀ ਕਰਕੇ ਤੇ ਖਲ ਦਾ ਘੋਲ ਇਹਨੂੰ ਪਾਉਣਾ ਹੈਗਾ। ਠੀਕ ਆ। ਤੇ ਜਿਹੜਾ ਬਾਕੀ ਉਹਦਾ ਬਚ ਜਾਂਦਾ ਘੋਲ ਤੁਸੀਂ ਪਾਉਣੇ ਆ, ਐਡੇ ਬੂਟੇ ਨੂੰ ਆਪਾਂ ਕਿੰਨਾ ਪਾ ਸਕਦੇ? ਐਡੇ ਬੂਟੇ ਨੂੰ ਆਪਾਂ 2 ਕਿਲੋ ਖਲ 1 ਵਾਰੀ ਪਾ ਸਕਦੇ ਹਾਂ। ਤੇ ਉਦੋਂ ਬਾਅਦ ਦੁਬਾਰਾ ਰਿਪੀਟ ਕਿੰਨੇ ਚਿਰ ਬਾਅਦ ਕਰਦੇ? ਇਹ ਤੁਸੀਂ ਸਾਲ ਚ 3 ਵਾਰੀ ਕਰਨੀ ਹੈ ਜੀ। 1 ਵਾਰੀ ਬੂਰ ਆਉਣ ਤੋਂ 1.5 ਮਹੀਨਾ ਪਹਿਲਾਂ, 1 ਵਾਰੀ ਬੂਰ ਆਉਣ ਤੋਂ 1.5 ਮਹੀਨਾ ਬਾਅਦ ਤੇ 1 ਵਾਰੀ ਕਿਤੇ ਅੱਗੇ ਥੰਨ ਚ ਕਰ ਦਿਓ ਜਦੋਂ ਫਰੂਟ ਵਾਵਾ ਜਾ ਹੋ ਜਾਂਦਾ। ਉਹਦੇ ਨਾਲ ਇੱਕ ਤਾਂ ਫਲ ਝੜਦਾ ਨੀਗਾ ਤੇ ਫਲ ਮੋਟਾ ਬਹੁਤ ਹੁੰਦਾ, ਮਿੱਠਾ ਬਹੁਤ ਹੁੰਦਾ। ਠੀਕ ਆ। ਤੇ ਇਹ ਜਿਹੜਾ ਹੁਣ ਇੰਨਾ ਫਰੂਟ ਲੱਗਾ ਹੈ ਤਾਂ ਫਿਰ ਤੁਸੀਂ ਸਾਰਾ ਇਹ ਘਰੇ ਤਾਂ ਇੰਨਾ ਖਾਦਾ ਨਹੀਂ ਜਾਣਾ? ਬਸ ਇਹ ਐਂ ਆਈ ਵੀ ਇਹ ਹਜੇ ਸਾਡੇ ਕੋਲੇ ਨਾ ਸੇਲ ਕਰਨ ਜੋਗਾ ਨਹੀਂ, ਸਾਡੇ ਕੋਲੇ 3-4 ਬੂਟੇ ਹੀ ਆ ਇਹ, ਤੇ ਇਸ ਕਰਕੇ ਅਸੀਂ ਆਪ ਖਾ ਲੈਨੇ, ਸਾਡੇ ਯਾਰ ਦੋਸਤ ਰਿਸ਼ਤੇਦਾਰ ਕੋਈ ਵੀ ਆਉਂਦਾ ਉਹ ਲੈ ਜਾਂਦੇ ਆ। ਤੇ ਐਂ ਆ ਇਹ ਕਮਰਸ਼ਲੀ ਇਹਨੂੰ ਐਂ ਆ ਵੀ ਇਹ ਫਲ ਜਿਹੜਾ ਹੈਗਾ 10 ਮਹੀਨੇ ਘੱਟੋ ਘੱਟ ਦਰਖਤ ਤੇ ਰਹਿਣਾ ਹੈ, 10-11 ਮਹੀਨੇ। ਉਹ ਇਹਦੀ ਸੰਭਾਲ ਬਹੁਤ ਜ਼ਿਆਦਾ ਵੀ ਤੁਹਾਨੂੰ ਜਾਨਵਰਾਂ ਤੋਂ ਬਚਾਉਣਾ ਪੈਂਦਾ, ਮੀਂਹ ਨੇਰੀਆਂ ਤੋਂ ਬਚਾਉਣਾ ਪੈਂਦਾ। ਕਮਰਸ਼ਲੀ ਤਾਂ ਕਰਕੇ ਇਹਦੇ ਥੋੜੇ ਜਿਹੇ ਮਤਲਬ ਵੀ ਇੱਕ ਫਲ ਬਹੁਤਾ ਮਹਿੰਗਾ ਨਹੀਂ ਵਿਕ ਰਿਹਾਗਾ ਇਹਦਾ, ਤਾਂ ਕਰਕੇ ਸੋਚੀਦਾ ਹੈਗਾ ਵੀ ਕਮਰਸ਼ਲੀ ਲਾਉਣ ਨਾਲੋਂ ਇਹਨੂੰ ਆਪਦੇ ਖਾਣ ਵਾਸਤੇ ਹੀ ਲਾਈਏ ਕਰਾਂ। ਤੇ ਫਿਰ ਵੀ ਜੇ 4 ਕਬੂਟੇ ਲਾਏ ਆ, ਘਰੇ ਖਾਣ ਨੂੰ ਤਾਂ 1 ਬੂਟਾ ਨਹੀਂ ਮੁੱਕਦਾ, 4 ਬੂਟੇ ਲਾਏ ਤਾਂ 1 ਦੇ ਖਾ ਲਓ ਤੁਸੀਂ, 3 ਦੇ ਵੇਚ ਸਕਦੇ ਆ। ਤਾਂ ਇਹਦਾ ਆਪਾਂ ਜ਼ਿਆਦਾ ਇਹਦੇ ਆਪਾਂ ਗੁਣ ਆਪਾਂ ਬਾਕੀ ਮੈਂ ਤੁਹਾਨੂੰ ਇਹਦੇ ਚ ਗਲੂਕੋਜ਼ ਹੁੰਦੀ ਹੈ ਜੀ, ਪਿਓਰ ਗਲੂਕੋਜ਼ ਜਿਹੜੀ ਤੁਹਾਨੂੰ ਗਰਮੀ ਚ ਵੀਕਨੈਸ ਹੁੰਦੀ ਆ, ਠੰਡਾ ਫਰੂਟ ਉਹ ਬਹੁਤ ਵਧੀਆ। ਬਾਕੀ ਸਾਰੇ ਐਂਜਾਈਮ ਆ ਮਿਨਰਲ ਆ ਇਹਦੇ ਚ, ਉਹ ਬਹੁਤ ਵਧੀਆ। ਤੇ ਬਾਕੀ ਇਹਦਾ ਐਂ ਆ ਵੀ ਇਹ ਤੁਸੀਂ ਬੂਟਾ ਜ਼ਿੰਦਗੀ ਚ 1 ਵਾਰੀ ਲਾਉਣਾ, ਜਿਹੜਾ ਚੀਕੂ ਦਾ ਇਹ ਬੂਟਾ, ਜੇ ਜਿਵੇਂ ਤੁਸੀਂ ਪਿਉਂਦ ਵਾਲਾ ਬੂਟਾ ਲਾਉਣੇ ਆ, ਪਿਉਂਦ ਵਾਲੇ ਬੂਟੇ ਨੂੰ 3ਜੇ ਸਾਲ ਫਲ ਲੱਗਦੇ ਆ, ਜੇ ਇਹ ਉੱਗਿਆ ਬੂਟਾ ਹੋਵੇ ਤਾਂ ਉਹਨੂੰ 20-25 ਸਾਲ ਜਾ ਕੇ ਫਲ ਲੱਗਦਾ। ਤੇ ਜਿਵੇਂ ਪਿਉਂਦ ਵਾਲਾ ਬੂਟਾ ਵੀ ਉਹਦੀ ਉਮਰ ਮਤਲਬ 50-50 ਸਾਲ ਦੀ ਵੀ ਹੈਗੀ ਆ, ਪਿੱਪਲਾਂ ਜਿਹੜੇ ਜਿਹੜੇ ਵੱਡੇ ਬੂਟੇ ਵੀ ਬਣ ਜਾਂਦੇ ਆ, ਤੇ 1 ਬੂਟਾ ਹੀ ਭਾਵੇਂ ਅੱਧਾ ਪਿੰਡ ਰਜਾ ਦਿੰਦਾ ਇੰਨਾ ਫਲ ਲੱਗਦਾ ਜਿੰਨਾ ਇਹਦੀ। ਇਹ ਹੁਣ 10 ਸਾਲ ਦਾ ਬੂਟਾ ਹੈ, ਇਹ ਹੁਣ 10 ਸਾਲ ਦਾ ਹੋ ਗਿਆ। ਤੇ ਜਿਵੇਂ ਇਹ ਮੰਨ ਲਓ ਇਹ ਅਗਲੇ 10 ਸਾਲਾਂ ਨੂੰ ਇਹ ਬਹੁਤ ਜ਼ਿਆਦਾ ਫੈਲ ਜੂਗਾ, ਤੇ ਮਤਲਬ ਜਿੰਨਾ 5-6 ਬੂਟਿਆਂ ਨੇ ਫਲ ਦੇਣਾ ਹੈਗਾ ਉਹਨਾਂ ਇਹ ਇਕੱਲਾ ਹੀ ਦਿਓ, ਜਿਵੇਂ ਜਿਵੇਂ ਵੱਡਾ ਹੁੰਦਾ ਉਹਨਾਂ ਨੂੰ ਫਲ ਜ਼ਿਆਦਾ ਲੱਗਦਾ। ਤੇ ਜਿੰਨਾ ਹੁਣ ਜਿਵੇਂ ਇਹਨੂੰ ਇੰਨਾ ਫਲ ਲੱਗਾ ਤੇ ਆਪਾਂ ਇਹਨੂੰ ਜਿਵੇਂ ਕੋਈ ਸਪੋਰਟ ਵਗੈਰਾ ਦੇ? ਨਹੀਂ, ਇਹਦੇ ਚ ਆਪਦੇ ਚ ਤਾਕਤ ਬਹੁਤ ਹੁੰਦੀ ਹੈ ਜੀ, ਬੂਟੇ ਚ ਸਪੋਰਟ ਦੀ ਲੋੜ ਨਹੀਂ ਪੈਂਦੀ ਇਹਨੂੰ। ਬਸ ਜਿਹੜਾ ਨੀਵੀਆਂ ਡਾਹਣੀਆਂ ਹੁੰਦੀਆਂ ਹੇਠਾਂ ਲੱਗ ਕੇ ਫਲ ਖਰਾਬ ਹੁੰਦਾ, ਨੀਵੀਆਂ ਡਾਹਣੀਆਂ ਛਾਂਕ ਦੇਈਦੀਆਂ, ਉੱਪਰ ਰੱਖੀਦਾ ਥੋੜਾ ਜਿਹਾ ਇਹਨੂੰ, ਉੱਪਰ ਵੀ ਹਿਸਾਬ ਸਿਰ ਰੱਖਣਾ ਵੀ ਨੇਰੀਆਂ ਨੁਕਸਾਨ ਨਾ ਕਰਨ ਨੂੰ। ਇਹਦੀ ਲੱਕੜ ਬਹੁਤ ਮਜ਼ਬੂਤ ਆ, ਕੋਈ ਇਹਨੂੰ ਮਤਲਬ ਸਪੋਰਟ ਦੀ ਜਾਂ ਨੇੜੀਆਂ ਉਵੇਂ ਨੁਕਸਾਨ ਨਹੀਂ ਕਰਦੇ। ਦੋਸਤੋ ਤੁਸੀਂ ਦੇਖ ਸਕਦੇ ਹੋ ਵੀ 1-1 ਡਾਣੀ ਤੇ ਛੋਟੀਆਂ ਛੋਟੀਆਂ ਡਾਣੀਆਂ ਹੀ ਆ ਤਕਰੀਬਨ, 1-1 ਡਾਣੀ ਤੇ ਘੱਟੋ ਘੱਟ ਵੀ 20 ਕਿਲੋ ਤਾਂ ਲੱਗਾ ਹੀ ਹੋਊਗਾ 1 ਡਾਣੀ ਨੂੰ ਐਸ ਆਰਾਮ ਨਾਲ, 20 ਕਿਲੋ ਤੋਂ ਜ਼ਿਆਦਾ ਲੱਗਾ ਹੋਣਾ ਜੀ, ਆਰਾਮ ਨਾਲ ਲੱਗਦਾ। ਹਜੇ ਐਤਕੀ ਨੇਰੀਆਂ ਦੀ ਇੰਨੀ ਮਾਰ ਪਈ ਆ ਵੀ ਮੰਨ ਲਓ ਇਹ ਛੋਟੇ ਜਿਹੇ ਬੂਟੇ ਨੂੰ ਕੁਆਂਟਲਾਂ 'ਚ ਫਲ ਲੱਗਦਾ ਵੀ, ਛੋਟੇ ਜਿਹੇ ਬੂਟੇ ਨੂੰ ਹਜੇ ਆਪਾਂ ਦੇਖ ਸਕਦੇ ਹੋ ਵੀ ਘੱਟੋ ਘੱਟ 1 ਡਾਣੀ ਨੂੰ, ਛੋਟੀ ਜਿਹੀ ਡਾਣੀ ਨੂੰ ਘੱਟੋ ਘੱਟ 20 ਕਿਲੋ ਚੀਕੂ ਲੱਗਾ। ਤੇ ਇਹ ਜਿਹੜਾ ਆਪਣਾ ਚੀਕੂ ਆ ਇਹਨੂੰ ਜੇ ਹੁਣ ਮਤਲਬ ਕਿ ਜਿਵੇਂ ਆ ਇੰਨਾ ਮੋਟਾ ਇਹ ਸਾਈਜ਼ ਬਣ ਗਿਆ, ਹਾਂਜੀ, ਜਿਵੇਂ ਇਹ ਉੱਤੇ ਨੁਕਸਾਨ ਕਰ ਰਹੀ ਆ, ਕਾਟੋ ਕਰ ਰਹੀ ਆ, ਆ ਜਿਹੜਾ ਮੋਟਾ ਪੀਸ ਆਪਾਂ ਹਾਂਜੀ ਤੋੜ ਕੇ ਇਹਨੂੰ ਆਪਾਂ ਜਦੋਂ ਕਾਗਜ਼ ਵਗੈਰਾ ਚਲਾ ਸਕਦੇ ਹਾਂ, ਜਦੋਂ ਇਹ ਨਹੀਂ ਪੱਕਣ ਲੱਗ ਗਿਆ, ਮੰਨ ਲਓ ਹੁਣ ਸਾਨੂੰ ਪਤਾ ਲੱਗ ਗਿਆ ਚੀਕੂ ਪੱਕਣ ਲੱਗ ਗਿਆ, 1 ਹਫ਼ਤਾ ਹੋ ਗਿਆ ਇਹ ਪੱਕਣ ਲੱਗ ਗਿਆ, ਜਦੋਂ ਇਹ ਪੱਕਣ ਲੱਗ ਗਿਆ ਇਹਦਾ ਮਤਲਬ ਇਹਦਾ ਮੈਚਿਓਰਿਟੀ ਪੀਰੀਅਡ ਆ ਗਿਆ, ਫਿਰ ਤੁਸੀਂ ਮੋਟੇ ਮੋਟੇ ਜਿਵੇਂ 35-40 ਦਾਣੇ ਤੋੜ ਲਓ ਦੂਜੇ ਤੀਜੇ ਦਿਨ, ਉਹਨਾਂ ਨੂੰ ਕਾਗਜ਼ 'ਚ ਲਾ ਦਿਓ, 2 ਦਿਨਾਂ 'ਚ ਪੱਕ ਜਾਂਦੇ, ਉਹ ਖਾ ਲਓ, ਫਿਰ ਹੋਰ ਤੋੜ ਲਓ, ਜਿਹੜਾ ਉੱਤੋਂ ਡਾਇਰੈਕਟ ਸਿੱਧਾ ਪੱਕਿਆ ਮਿਲਦਾ ਸਿੱਧਾ ਤੋੜ ਲਓ। ਠੀਕ ਆ। ਪਰ ਐਂ ਆ ਵੀ ਜਦੋਂ ਨਾ ਕਾਟੋ ਨੂੰ ਪਤਾ ਲੱਗ ਜਾਂਦਾ ਵੀ ਇਹਦੇ 'ਚ ਮਿਠਾਸ ਪੈ ਗਈ, ਫਿਰ ਉਹ ਪੱਕੇ ਪੱਕੇ ਉਹ ਚੱਕ ਜਾਂਦੀ, ਖਾਣ ਲੱਗ ਜਾਂਦੀ। ਉਹ ਦੋਸਤੋ ਤੁਸੀਂ ਦੇਖ ਸਕਦੇ ਹੋ ਕਾਟੋ ਉੱਤੇ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਆ ਫਰੂਟ ਤੇ, ਤੇ ਫਰੂਟ ਦੇਖ ਸਕਦੇ ਹੋ ਬੂਟੇ ਨੂੰ ਬਹੁਤ ਜ਼ਿਆਦਾ ਫਰੂਟ ਲੱਗਾ। ਬਸ ਇਹਦਾ ਇਹੀ ਹੈ ਜੀ, ਮੋਟੇ ਮੋਟੇ ਤੋੜ ਲਓ, ਉਹ ਕਾਗਜ਼ ਲਾ ਦਿਓ, ਤੇ ਨਹੀਂ ਫਿਰ ਕਾਟੋ ਹਮਲਾ ਕਰਦੀ ਆ, ਪੱਕਿਆਂ ਤੇ ਕਰਦੀ ਉਹ ਜ਼ਿਆਦਾ ਹਮਲਾ। ਠੀਕ ਆ। ਤਾਂ ਦੋਸਤੋ ਤੁਹਾਨੂੰ ਆਪਾਂ ਚੀਕੂ ਬਾਰੇ ਜਾਣਕਾਰੀ ਸਾਰੀ ਦੇ ਚੁੱਕੇ ਹਾਂ, ਚੀਕੂ ਦੇ ਲਾਉਣ ਦੀ ਵਿਧੀ ਦਾ
ते कदों कित्थों मिलदा केड़ी वरायटी आ तां सारी आपां जानकारी चीकू तों आपां लै ली आ। तां मिलदे आ फिर आपां अगली वीडियो च। सत श्री अकाल जी।